ਸੀ। ਇਹ ਹੁਣ ਦੋ ਨੰਬਰ ਨਾਨੀ ਕੋਲੋਂ ਪੁੱਛੋ। ਖਿਲਾਫਤ ਆਦਮ ਜਿਹੜੀਆਂ ਸਿਫਤਾਂ ਆਦਮ ਵਿੱਚ ਹਨ, ਅਗਰ ਕਿਸੇ ਹੋਰ ਇੱਛਣ ਤਾਂ ਵਿਖਾਓ। ਆਦਮ ਮਸਜੂਦ ਏ ਮਲਾਇਕਾ, ਆਦਮ ਉਹ ਜਿਹਨੂੰ ਫਰਿਸ਼ਤੇ ਝੁਕਦੇ ਨ, ਤੈਲੀ ਉਹ ਜਿਹਦੇ ਪਸੀਨੇ ਚੋਂ ਫਰਿਸ਼ਤੇ ਪੈਦਾ ਹੁੰਦੇ ਨ, ਜਿਹੜਾ ਫਰਿਸ਼ਤਿਆਂ ਦਾ ਉਸਤਾਦ, ਜਿਹੜਾ ਜੰਗ ਤੇ ਜਾਵੇ ਜਿਬਰਾਈਲ ਓ ਮੇਕਾਈਲ ਰਕਾਬਾ ਪਕੜਨ, ਅਲੀ ਸਵਾਰ ਹੋਵੇ, ਰੱਬੇ ਕਾਬਾ ਦੀ ਕਸਮ, ਜਦੋਂ ਨਬੀਆਂ ਦਾ ਸੁਲਤਾਨ ਮੇਰਾਜ ਦੀ ਰਾਤ ਚੌਥੇ ਅਸਮਾਨ ਤੇ ਗਿਆ, ਮਲਕਲ ਮੌਤ ਫਰਿਸ਼ਤਾ ਜਿਹਦਾ ਇੱਕ ਹੱਥ ਮਸ਼ਰਕ ਵਿੱਚ ਇੱਕ ਮਗਰਬ ਵਿੱਚ, ਨਬੀ ਨੂੰ ਸਲਾਮ ਕੀਤਾ, ਵੇਖ ਕੇ ਆਖਦਾ ਸਲਾਮ ਅਲੈਕਾ ਯਾ ਨਬੀ ਅੱਲਾਹ, ਅੱਲਾਹ ਦੇ ਨਬੀ ਆਖਿਆ ਅਲੈਕੁਮ ਸਲਾਮ, ਵੇਖ ਕੇ ਆਖਦਾ ਕੱਲੇ ਆਏ ਹੋ? ਸਰਕਾਰ ਫਰਮਾਇਆ ਤੂੰ ਕਿਹਨੂੰ ਵੇਖਣਾ ਚਾਹੁੰਦਾ ਹੈ? ਵੇਖ ਕੇ ਆਖਦਾ ਐਨਾ ਇਬਨ ਅੰਮੇ ਕਾ, ਕਹਾਂ ਹੈ ਆਪਕਾ ਚਚਾ ਦਾ ਭਾਈ? ਪੈਗੰਬਰ ਫਰਮਾਤੇ ਹੈ ਹਲ ਤਾਰਫ ਇਬਨ ਅੰਮੇ ਕਾ, ਕਿਆ ਤੂੰ ਮੇਰੇ ਚਾਚਾ ਦਾ ਭਾਈ ਅਲੀ ਕੋ ਜਾਣਤਾ ਹੈ? ਮਲਕਲ ਮੌਤ ਦੇਖ ਕੇ ਕਹਤਾ ਹੈ ਕੈਸੇ ਨਹੀਂ ਜਾਣਤਾ, ਪੂਰੀ ਕਾਇਨਾਤ ਕੀ ਰੂਹ ਮੇਰੇ ਕਬਜ਼ਾ ਮੇ ਹੈ, ਜਬ ਚਾਹੂੰ ਰੂਹ ਕਬਜ਼ ਕਰ ਸਕਤਾ ਹੂੰ, ਦੋ ਰੂਹ ਤੋ ਮੇਰੇ ਕਬਜ਼ੇ ਸੇ ਬਾਹਰ ਹੈ, ਯਾ ਰੂਹ ਮੁਹੰਮਦੀ ਹੈ ਯਾ ਰੂਹ ਹੈਦਰੀ ਹੈ। ਜਿਹੜਾ ਏਦਾਂ ਕਹਿੰਦਾ ਉਹਦੀ ਹੱਦ ਦਾ ਮੈਨੂੰ ਪਤਾ। ਯਾਦ ਆਉਦੋ ਇੰਨਾ ਜਲ ਨਾ ਕਰ, ਮੈਂ ਸਾਰੀ ਜ਼ਿੰਦਗੀ ਨਾ 25 ਸਾਲ ਹੋ ਗਏ ਮੈਨੂੰ ਸ਼ਹੀਦਾਂ ਦੀ ਨੌਕਰੀ ਦਿੰਦਿਆਂ, 8 ਸਾਲ ਮੈਂ ਆਪਣੇ ਉਸਤਾਦ ਨਾਲ ਰਿਹਾ, ਮੈਂ ਸਾਰੀ ਉਮਰ ਖੁਰੇ ਹੀ 2 ਕੱਢੇ, ਯਾ ਹੱਕੂ ਦਾ ਉਹ ਵੀ ਉਧਰੋਂ ਹੀ ਸੀ। ਸੁਣਿਆ ਤੇਰਾ ਜੁਰਮ ਨਹੀਂ, ਅੰਮੀ ਜੀ ਦਾ ਜੁਰਮ ਨਹੀਂ, ਮੈਨੂੰ ਰੱਬੇ ਕਾਬਾ ਦੀ ਕਸਮ ਏ। ਹਰ ਬੰਦੇ ਪਿੱਛੇ ਨਮਾਜ਼ ਨਾ ਪੜਿਆ ਕਰੋ, ਬੇਸ਼ੱਕ ਆਹੋ ਐਵੇਂ ਹੀ ਜਾ ਕੇ ਪਿੱਛੇ ਖੜੋਂਦੇ ਹੋ, 4 ਕਦਮ ਮਾਰ ਵੇਖ ਸੋਚ ਕੇ ਨਮਾਜ਼ ਪੜੀ, ਨਮਾਜ਼ ਉਹਦੇ ਪਿੱਛੇ ਪੜ ਜਿਹੜਾ ਜ਼ਾਨੀ ਨਾ ਹੋਵੇ। ਪਾਕ ਮਿੰਬਰ ਏ, ਪਾਕ ਜ਼ਿਕਰ ਏ, ਵਰਨਾ ਫਾਜ਼ਲ ਅਲਵੀ ਨੇ ਬੜੇ ਬੜੇ ਖੁਰੇ ਲੱਭੇ ਨੇ। ਆਹੋ ਸ਼ਰਾਬੀ ਨਾ ਹੋਵੇ, ਗਾਸਿਬ ਨਾ ਹੋਵੇ, ਜਿਹੜਾ ਕਿਸੇ ਦੀ ਮਾਜ਼ੂਰ ਧੀ ਦੇ 7 ਮੁਰੱਬੇ ਲੈ ਕੇ ਜ਼ਮੀਨ ਦੇ ਪੈਸੇ ਨਾ ਦੇਵੇ। ਹਾਂ ਐਵੇਂ ਨਹੀਂ,
ਮੇਰੇ ਸਾਹਮਣੇ ਬਿਠਾ, 5 ਮਿੰਟ ਮੇਰੀ ਅੱਖ 'ਚ ਅੱਖ ਪਾ ਜਾਏ ਨਾ ਤਾਂ ਮੈਨੂੰ ਫੈਰ ਮਾਰ ਦੇ। ਹਾਂ, ਜਿਹੜਾ ਮਜ਼ਦੂਰਾਂ ਨੂੰ ਲੁੱਟੇ ਮੁਝਤੇ ਦੀ ਤਵੱਜੋ ਹੈ ਨਾ। ਚਲੋ, ਰੱਬੇ ਕਾਬਾ ਦੀ ਕਸਮ, ਕਿਸੇ ਦਾ ਹੱਕ ਨਾ ਖਾਵੇ, ਚੋਰ ਨਾ ਹੋਵੇ, ਖਾਇਨ ਨਾ ਹੋਵੇ, ਬਦਕਾਰ ਨਾ ਹੋਵੇ, ਵੱਡੀ ਗੱਲ ਹੈ, ਹਰਾਮੀ ਨਾ ਹੋਵੇ, ਹਲਾਲੀ ਪਿੱਛੇ ਪਾੜ, ਆਹ ਬੜਾ ਰੌਲਾ। ਤੁਸੀਂ ਸਿੱਧੇ ਸਾਦੇ ਬੰਦੇ ਹੋ, ਬਾਬਾ ਜੀ ਹੁਣ ਕੀ ਪਤਾ ਇਹ ਕਿੱਦਾਂ ਦਾ। ਕੋਈ ਆ ਜਾਏ ਕਿਸੇ ਪਾਸਿਓ, ਸੂਤਰੇ ਹੋਇਆ ਫਿਟਫਾਟ ਫਿਟਫਾਟ, ਤੁਸੀਂ ਤਾਂ ਆਖਣਾ ਬਿਸਮਿਲਲਾ ਆਲਮੀ ਦੀਨ। ਰਸੂਲ ਫਰਮਾਇਆ ਬੇਸ਼ੱਕ ਖੁਲੀਆ ਸਹੀ ਆਈ, ਪਰ ਜ਼ਰਾ ਪੜਤਾਲ ਕਰ ਪਿੱਛੋਂ ਲੈਣ ਸਹੀ ਆਈ। ਹੁਣ ਟਾਊਨ ਕਮੇਟੀ 'ਚ ਜਾਈਏ, ਕਿਸੇ ਦੇ ਪਿੰਡ ਜਾਈਏ, ਉੱਥੋਂ ਜਾ ਕੇ ਗੁਆਂਢੀਆਂ ਤੋਂ ਪੁੱਛੀਏ, ਮੈਨੂੰ ਰੱਬੇ ਕਾਬਾ ਦੀ ਕਸਮ ਹੈ ਨਬੀਆਂ ਦੇ ਸੁਲਤਾਨ ਨੇ ਪੈਂਡੇ ਹੀ ਮੁਕਾ ਦਿੱਤੇ, ਰਸੂਲ ਨੇ ਟਾਊਨ ਕਮੇਟੀਆਂ ਫਿਨਿਸ਼। ਕੋਈ ਜ਼ਰੂਰਤ ਨਹੀਂ ਟਾਊਨ ਕਮੇਟੀ 'ਚ ਪੁੱਛਣ ਦੀ, ਕੋਈ ਜ਼ਰੂਰਤ ਨਹੀਂ ਕਿਸੇ ਗੁਆਂਢੀ ਤੋਂ ਪੁੱਛਣ ਦੀ, ਨਬੀਆਂ ਦੇ ਸੁਲਤਾਨ ਨੇ ਇੱਕੋ ਹੀ ਨੁਸਖਾ ਦਿੱਤਾ ਹੈ ਕਿ ਉਹਦੇ ਸਾਹਮਣੇ ਖੜਾ ਹੋ ਕੇ ਸੀਨਾ ਤਾੜ ਕੇ ਉਹਦੀ ਅੱਖ ਚੱਕ ਪਾ ਕੇ ਆਖ ਯਾ ਅਲੀ ਮਦਾ, ਅਗਰ ਚਿਹਰਾ ਗੁਲਾਬ ਦੀ ਤਰ੍ਹਾਂ ਖਿਲ ਜਾਏ, ਅਗਰ ਚਿਹਰਾ ਗੁਲਾਬ ਦੀ ਤਰ੍ਹਾਂ ਖਿਲ ਜਾਏ ਤਾਂ ਸਮਝੀ ਹਲਾਲੀ ਆਈ, ਤੇ ਜੇ ਮਿੱਠਾ ਮਿੱਠਾ ਹੱਸ ਕੇ ਮੂੰਹ ਪਰਾ ਕਰੇ ਸਮਝੀ ਮਾਂ ਦਾ ਕਸੂਰ ਆਈ। ਆ ਗੱਲਾਂ ਸਵੇਰ ਦੀਆਂ ਤੁਹਾਨੂੰ ਕਿਸੇ ਦੱਸੀਆਂ, ਆਉਂਦੀਆਂ ਹੀ ਨਹੀਂ ਕਿਸੇ, ਏਡੇ ਖੁਰੇ ਕੋਈ ਜਾਣਦਾ ਹੀ ਨਹੀਂ। ਇਹਨਾਂ ਮਨਸੂਬਾ ਬਣਾਇਆ ਸਾਨੂੰ ਮਾਰਨ ਲਈ, ਅੱਗੇ ਪਿੱਛੇ ਤਾਂ ਲੱਤਾਂ ਬਾਹਾਂ ਨੂੰ ਪੈਂਦੇ ਆ ਨਾ, ਭੌਂਕਦੇ ਆ। ਇਹਨਾਂ ਮਨਸੂਬਾ ਬਣਾ, ਇਸ਼ਤਿਹਾਰ ਛਪਾਇਆ, ਸਾਨੂੰ ਇੱਕ ਦਾਵਤ ਦਿੱਤੀ, ਜਸ਼ਨ ਗੱਦੀ, ਉਹਦੇ 'ਚ ਨਾਂ ਹੋਵੇ ਸਰੇ ਫਰਿਸ਼ਤ ਆਗਾ ਅਲੀ ਹੁਸੈਨ ਕੁੰਮੀ ਦਾ, ਉਹਦੇ ਨਾਲ ਹੋਵੇ ਮੌਲਾਨਾ ਗਜ਼ਨਫਰ ਬਾਸਤੌਸੀ, ਆਗਾ ਸਾਹਿਬ ਦੇ ਥੱਲੇ ਮੇਰਾ, ਅੱਗੋਂ ਤਾਜੁਦੀਨ ਹੈਦਰੀ ਦਾ, ਹੇਠਾਂ ਮੌਲਾਨਾ ਮੁਰੀਦ ਕਾਦਮ ਦਾ, ਅੱਗੋਂ ਮੌਲਾਨਾ ਨਾਸਰ ਹੁਸੈਨ ਮੁਲਤਾਨ ਦਾ। ਮੈਂ ਜਦੋਂ ਇਸ਼ਤਿਹਾਰ ਡਾਕ 'ਚੋਂ ਲਿਆ ਨਾ, ਡਾਕੀਏ ਤੋਂ, ਮੈਂ ਕਿਹਾ ਜਿਹੜੇ ਚੁਣ ਕੇ ਸੱਦੇ ਆ ਨਾ, ਇਹ ਕੋਈ ਰੌਲਾ ਹੈ, ਵਿੱਚ ਜ਼ਾਕਰ ਕੋਈ ਨਹੀਂ, ਪੀਰ ਜ਼ੈਗਮ ਸ਼ਾਹ ਨਹੀਂ ਹੈ, ਜਾਫਰ ਤਿਆਰ ਨਹੀਂ ਹੈ, ਮੁਸ਼ਤਾਕ ਸ਼ਾਹ, ਅਦਰਗਾਮ ਸ਼ਾਹ, ਇਹ ਅਸੀਂ 4-5 ਬੰਦੇ ਵਿੱਚ ਲੱਭੇ। ਵਾਹ ਯਾ ਅਲੀ ਤੇਰੀ ਅਜ਼ਮਤ ਕੁਰਬਾਨ। ਲੋ ਮੈਂ ਮਿੰਬਰ ਤੇ ਖੜਾ, ਉਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਪਤਾ, ਸੁਣਦੇ ਪਏ ਆ, ਟੇਪ ਕਰਦੇ ਪਏ ਆ, ਕਿਸ਼ਤਾਂ ਲੈ ਲਿਓ, ਉਹਨਾਂ ਦੇ ਘਰ ਪਹੁੰਚਾ ਦਿਓ। ਹਾਂ, ਇਹ ਉਹ ਮਿੱਟੀ ਨਹੀਂ ਹੈ ਜਿਹੜੀ ਜਿੱਥੇ ਆਖੇ, ਜਦੋਂ ਆਖੇ, ਜਿਹੜੇ ਵੇਲੇ ਆਖੇ, ਆ
ਰੱਬੇ ਕਾਬਾ ਦੀ ਕਸਮ, ਜਿਸ ਮੌਜੂ ਤੇ ਆਖੇ ਅਲੀ ਨੂੰ ਹਲਾਲ ਮੁਸ਼ਕਲਾਤ ਮੰਨੇ ਆ, ਅਲੀ ਨੂੰ ਮੁਸ਼ਕਲ ਕੁਸ਼ਾ ਮੰਨੇ ਆ, ਅਲੀ ਨੂੰ ਨੂਰ ਨਲਾ ਨੂਰ ਮੰਨੇ ਆ, ਅਲੀ ਨੂੰ ਹਾਜ਼ਰ ਨਾਜ਼ਰ ਮੰਨੇ ਆ, ਜਿਵੇਂ ਤੂੰ ਜੰਮਿਆ ਅਲੀ ਇੰਜ ਨਹੀਂ ਆਇਆ। ਅਲੀ ਦਾ ਕਾਬਾ ਕੌਸੈਨ ਤੇ ਜ਼ਹੂਰ ਸਹੀ ਮੰਨੇ ਆ, ਪਰਦਾ ਗੈਬਤ ਹਟਾ ਕੇ ਮੁਹੰਮਦ ਨਾਲ ਸੀਨੇ ਨਾਲ ਸੀਨਾ ਲਾ ਕੇ ਮੇਰਾਜ ਦੀ ਰਾਤ ਗੁਫ਼ਤਗੂ ਕਰਨਾ ਮੰਨੇ ਆ। ਮੁਸ਼ਕਲ ਕੁਸ਼ਾ ਵੀ ਇਹਨਾਂ ਕੋਲੋਂ ਮੰਨਤਾਂ ਮੰਗਣੀਆਂ ਵੀ, ਇਹਨਾਂ ਕੋਲੋਂ ਮੁਰਾਦਾਂ ਮੰਗਣੀਆਂ ਵੀ, ਇਹਨਾਂ ਕੋਲੋਂ ਔਲਾਦਾਂ ਮੰਗਣੀਆਂ ਵੀ। ਅਗਰ ਇਹਨਾਂ ਮਸਲਿਆਂ ਤੇ ਇਖਤਲਾਫ ਹੈ, ਆਓ ਅਸ਼ਟਾਮ ਲਿਖ ਕੇ ਦੇਣਾ, ਜਿਹੜਾ ਸਾਬਤ ਨਾ ਕਰੇ ਉਹਨੂੰ 60 ਗੋਲੀ ਦਾ ਬ੍ਰੈਸਟ ਮਾਰਨਾ। ਕੋੜੀ ਬੁੱਥੀ ਵਾਲਿਆ, ਤੇਰੇ ਤੇ ਤਾਂ ਜਿੰਦੇ ਤੇ ਬ੍ਰੈਸਟ ਲੱਗ ਗਿਆ। ਇਹਨਾਂ ਜਨਾਬ ਸਾਨੂੰ ਸੱਦਿਆ, ਉਹ ਸਾਰਿਆਂ ਨੇ ਇੱਕ ਦੂਏ ਨੂੰ ਫੋਨ ਕੀਤੇ। ਮੈਨੂੰ ਮੌਲੀ ਤਾਜਦੀਨ ਸਾਹਿਬ ਨੇ ਫੋਨ ਕੀਤਾ, ਫਾਜ਼ਲ ਅਲਵੀ, ਮੈਂ ਕਿਹਾ ਕੀ ਹੋਇਆ? ਯਾਰ ਸਵੇਰੇ ਇੱਕ ਪ੍ਰੋਗਰਾਮ ਹੈ, ਜਾਣਾ ਹੈ। ਮੈਂ ਕਿਹਾ ਕੀ ਪ੍ਰੋਗਰਾਮ ਹੈ? ਅਖੇ ਮੈਂ ਤਾਂ ਨਹੀਂ ਜਾਣਾ। ਮੈਂ ਕਿਹਾ ਕਿਉਂ? ਅਖੇ ਇਹ ਤਾਂ ਕਤਲ ਦਾ ਮਨਸੂਬਾ ਹੈ। ਮੈਂ ਕਿਹਾ ਜੇ ਇਹਨਾਂ ਦੇ ਹੱਥੋਂ ਮਰੀਏ ਹੋਰ ਕੀ ਲੈਣਾ ਹੈ? ਮੈਂ ਕਿਹਾ ਮੈਂ ਤਾਂ ਜਾਣਾ। ਅਖੇ ਨਹੀਂ ਯਾਰ ਜਾਣ ਦੇ, ਤੂੰ ਮੇਰਾ ਕੁਵਤ ਬਾਜ਼ੂ ਹੈ ਤੇ ਮੈਨੂੰ ਬੜਾ ਪਿਆਰਾ ਹੈ ਤੇ ਮਹਿੰਗਾ ਬੰਦਾ ਹੈ, ਉਹ ਦਬਾ ਕਰ ਲਾਨਤ ਪਾ ਮਸਲੀਆਂ ਤੇ। ਉਹ